ਇਹ ਫਲੋਟਿੰਗ ਰੈਸਟੋਰੈਂਟ ਸੀ, ਕਿਸੇ ਸਮੇਂ ਇੱਥੇ ਰੌਣਕਾਂ ਲੱਗਦੀਆਂ ਸੀ ਅਤੇ ਦੂਰੋਂ ਦੂਰੋਂ ਸੈਲਾਨੀ ਇਸ ਹੋਟਲ ਨੂੰ ਦੇਖਣ ਆਉਂਦੇ ਸੀ, ਕਿਉਂਕਿ ਪੰਜਾਬ ਦਾ ਪਹਿਲਾ ਇਹ ਹੋਟਲ ਪਾਣੀ ਦੇ ਵਿੱਚ ਤੈਰਦਾ ਹੋਇਆ ਹੋਟਲ, ਜਿਹੜਾ ਕਿ ਪੰਜਾਬ ਦਾ ਪਹਿਲਾ ਹੋਟਲ ਆ, ਜੋ ਕਈ ਵੱਡੇ ਵੱਡੇ ਹੋਟਲਾਂ ਨੂੰ ਫੇਲ ਕਰਦਾ ਸੀ, ਅੱਜ ਇਹ ਖੁਦ ਤਰਸਯੋਗ ਹਾਲਤ ਵਿੱਚ ਬਣਿਆ। ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਬੋਰਡ ਆ ਉਹ ਵੀ ਗਲ ਚੁੱਕਿਆ, ਜਿਹੜੇ ਪੌਦੇ ਵੀ ਲੱਗੇ ਸੀ ਉਹਨਾਂ ਦੀ ਕੋਈ ਵੀ ਸਾਂਭ ਸੰਭਾਲ ਨਹੀਂ ਹੋ ਰਿਹਾ। ਜਿਹੜਾ ਇਹ ਹੋਟਲ ਹੈ ਪਾਣੀ ਵਿੱਚ ਤੈਰਦਾ ਹੋਟਲ, ਪੰਜਾਬ ਵਿੱਚ ਇਹ ਪਹਿਲਾ ਹੋਟਲ ਹੈ। ਦਿੱਲੀ ਲਾਹੌਰ ਵਾਲੀ ਬੱਸ ਵੀ ਇੱਥੇ ਰੁਕਦੀ ਸੀ, ਇਹ ਪੁਰਾਣੀ ਸਰਕਾਰ ਦੇ ਟਾਈਮ ਇਹ ਬੰਦ ਕਰ ਦਿੱਤਾ ਗਿਆ ਸੀ। ਇਹ ਸਾਰਾ ਅਸੀਂ ਆਪਣੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਜੂ ਦੇ ਧਿਆਨ ਵਿੱਚ ਲਿਆਂਦਾ ਹੋਇਆ ਸਾਰਾ ਮਸਲਾ। ਅਨਮੋਲ ਗਗਨ ਮਾਨ ਜੀ ਟੂਰਿਜ਼ਮ ਮੰਤਰੀ, ਉਹਨਾਂ ਨਾਲ ਵੀ ਉਹਨਾਂ ਦੀ ਮੀਟਿੰਗ ਹੋ ਚੁੱਕੀ ਹੈ। ਜਲਦੀ ਹੀ ਇੱਥੇ ਦੁਬਾਰਾ ਫਿਰ ਰੌਣਕਾਂ ਲੱਗਣਗੀਆਂ, ਉਸੇ ਤਰ੍ਹਾਂ ਇਹਦੀ ਡਿਵੈਲਪਮੈਂਟ ਹੋਊਗੀ, ਵਧੀਆ ਬਣੂਗਾ, ਉਸੇ ਤਰ੍ਹਾਂ ਮੁਲਾਜ਼ਮ ਉਸੇ ਤਰ੍ਹਾਂ ਦੁਬਾਰਾ ਫਿਰ ਇੱਥੇ ਰੌਣਕਾਂ ਲੱਗਣ ਜਾ ਰਹੀ ਹੈ। ਜਲਦੀ ਤੁਹਾਨੂੰ ਜੀ ਗੱਲ ਕਰੀਏ ਕਿ ਜਿਵੇਂ ਕਿ ਹੋਏ ਇਹਦੇ ਜਿਹੜਾ ਕਿ ਸਟੈਂਡਰਡ ਲੱਗੇ ਹੋਏ ਨੇ ਉਹ ਵੀ ਮਾੜੀ ਹਾਲਤ ਦੇ ਵਿੱਚ ਨੇ, ਇਹ ਇਹਦੀ ਜਿਹੜੀ ਕਿ ਮਿਆਦ ਵੀ ਖਤਮ ਹੋ ਚੁੱਕੀ ਹੈ, ਜਿਵੇਂ ਕਿਵੇਂ ਦੇਖਦੇ? ਮੈਂ ਕਿਹਾ ਸਾਰਾ ਕੁਝ ਬਦਲਿਆ ਜਾਊਗਾ। ਮਾਨ ਸਾਹਿਬ ਦੀ ਸਰਕਾਰ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਜਿਸ ਤਰ੍ਹਾਂ ਇਹ ਪਹਿਲਾਂ ਰੰਗਲਾ ਸੀ ਉਸ ਤਰ੍ਹਾਂ ਹੀ ਦੁਬਾਰਾ ਇਹਨੂੰ ਰੰਗਲਾ ਬਣਾਇਆ ਜਾਊਗਾ। ਜਿੱਥੋਂ ਸਰਕਾਰ ਨੂੰ ਇਨਕਮ ਜਾਂ ਫਾਇਦਾ ਹੁੰਦਾ ਉਹ ਚੀਜ਼ਾਂ ਬੰਦ ਹੋ। ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਕਿੱਕਲੀ ਪਾਉਣ ਤੋਂ ਇਲਾਵਾ ਕੋਈ ਹੋਰ ਕੰਮ ਕਰਿਆ ਜਾਵੇ ਤਾਂ ਚੰਗੀ ਗੱਲ। ਪੰਜਾਬ ਤੁਹਾਨੂੰ ਦੇਖ ਰਿਹਾ ਯਾਰ, ਕਰਾਂਗੇ ਕਰਾਂਗੇ ਕਰਾਂਗੇ, ਕਦੋਂ ਕਰਾਂਗੇ? 2.5 ਸਾਲ ਦਾ ਸਮਾਂ ਤਾਂ ਲੰਘ ਗਿਆ। ਸਰਕਾਰ ਦਾ ਜੇ ਪੂਰਾ ਪਤਾ ਨਹੀਂ ਹੈ, ਕਿਉਂਕਿ ਸਰਕਾਰ ਡਾਵਾਡੋਲ ਹੈ ਨਾ, ਲੋਕਾਂ ਦੀ ਮੰਗ ਨੂੰ ਤਾਂ ਪੂਰਾ ਕਰ ਦਿਓ ਯਾਰ। ਲੋਕਾਂ ਨੇ ਚੁਣਿਆ, 92 ਸੀਟਾਂ ਦਿੱਤੀਆਂ ਨੇ, ਉਸ ਚੀਜ਼ ਨੂੰ ਕਰ ਦਿਓ ਯਾਰ। ਬੇਨਤੀ ਹੈ ਭਗਵੰਤ ਮਾਨ ਸਾਹਿਬ, ਆ ਚਿੱਟਾ ਹਾਥੀ ਬਣ ਕੇ ਖੜਾ ਅੱਜ, 2.5 ਸਾਲ ਦਾ ਸਮਾਂ ਹੋ ਚੱਲਿਆ ਤੁਹਾਡੀ ਸਰਕਾਰ ਨੂੰ, ਇਹ ਕਿਉਂ ਕਿਉਂ ਨਹੀਂ ਚੱਲ ਸਕਦਾ? ਕੀ ਗੱਲ ਤੁਸੀਂ ਤਾਂ ਕਹਿੰਦੇ ਹੋ ਜੀ ਸਟੇਜਾਂ ਤੋਂ ਤੁਹਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ, ਜੇ ਪੈਸੇ ਦੀ ਕਮੀ ਨਹੀਂ ਆ ਬਾਈ ਜੀ ਫਿਰ ਚਲਾ ਦਿਓ। ਕਾਰਨ ਕੀ ਹੈ, ਰੋਕਿਆ ਕਿਉਂ ਆ? ਬਾਈ ਜੀ ਸਰਹੰਦ ਦਾ ਨਾਮ ਲੋਕਾਂ ਨੂੰ ਟਿਪਸ 'ਤੇ ਯਾਦ ਹੋ ਗਿਆ ਸੀ ਪੂਰੇ ਵਰਲਡ ਦੇ ਵਿੱਚ, ਪਾਣੀ ਦੇ ਵਿੱਚ ਤੈਰਨ ਵਾਲਾ ਪਹਿਲਾ ਹੋਟਲ ਆ ਯਾਰ ਇੱਥੇ। ਮੈਨੂੰ ਲੱਗਦਾ ਕੋਈ ਵਿੱਚ ਕੋਈ ਦਾਲ ਦੇ ਵਿੱਚ ਘਾਲਾ ਮਾਲਾ ਹੈ ਵੀ ਸਰਹੰਦ ਦਾ ਨਾਮ ਨਾ ਰੋਸ਼ਨ ਹੋਵੇ। ਭਗਵੰਤ ਮਾਨ ਸਾਹਿਬ ਕਿਆ ਚਾਹੁੰਦੇ ਹੋਣੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਹੋਣੀ ਹੈ ਵੀ ਸਰਹੰਦ ਦਾ ਨਾਮ ਰੋਸ਼ਨ ਨਾ ਹੋਵੇ, ਤਾਂ ਹੀ ਇਸ ਚੀਜ਼ ਨੂੰ ਰੋਕਿਆ ਗਿਆ। ਉਹਨੇ ਕਰ ਦੇਣੇ ਯਾਰ, ਅਜੇ ਐਲਾਨ ਕਰ ਦੇਣ, ਸਾਡੇ ਮਨ ਨੂੰ ਸੰਤੁਸ਼ਟੀ ਮਿਲ ਜੂਗੀ ਯਾਰ ਵੀ ਵਾਕਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ। ਇਹ ਪਿੰਡਾਂ ਨੂੰ ਰੁਜ਼ਗਾਰ ਮਿਲਦਾ ਸੀ, ਮੈਂ ਆਪਣੀ ਅੱਖਾਂ ਨਾਲ ਦੇਖਿਆ 50 ਬੰਦੇ ਇੱਥੇ ਕੰਮ ਕਰਦੇ ਸੀ ਗਰੀਬ, ਉਹ ਕਿੱਥੇ ਜਾਣ? 20-20 ਸਾਲ ਦੇ ਉੱਤੇ ਵਿਚਾਰੇ ਨੌਕਰੀ ਕਰ ਰਹੇ ਨੇ, ਜਿਹੜੇ ਉਹਨਾਂ ਦੇ ਚੁੱਲ੍ਹੇ ਬੰਦ ਕਰਤੇ ਸਰਕਾਰ ਨੇ, ਰੁਜ਼ਗਾਰ ਦੇਣ ਦੀ ਗੱਲ ਕਰਦੇ ਨੇ, ਇੱਥੇ ਨਸ਼ਾ ਚੱਲ ਰਿਹਾ ਹੈ। ਨਸ਼ੇ ਦਾ ਅੱਡਾ ਹੀ ਬਣਨਾ, ਜਦੋਂ ਚੀਜ਼ ਦੀ ਕੋਈ ਕੇਅਰ ਨਾ ਹੋਵੇ ਤਾਂ ਨਸ਼ੇ ਦਾ ਅੱਡਾ ਬਣੂਗਾ ਬਾਈ ਜੀ। ਤੁਸੀਂ ਵੀ ਇੱਥੇ ਜਦੋਂ ਰੌਣਕਾਂ ਲੱਗਦੀਆਂ ਤੁਸੀਂ ਵੀ ਲੁਕ ਧੂ ਲਿਆਉਣਾ ਇੱਥੇ? ਬਿਲਕੁਲ ਲੁਕ ਲਿਆ, ਬਿਲਕੁਲ ਪਰਿਵਾਰ ਦੇ ਨਾਲ ਖਾਣਾ ਖਾਧਾ ਬਾਈ ਜੀ, ਚਾਹ ਦੀ ਚੁਸਕੀ ਲਈ ਹੈ, ਪਰਿਵਾਰ ਨਾਲ ਖਾਣਾ ਖਾਧਾ, ਯਾਰਾਂ ਦੋਸਤਾਂ ਨਾਲ ਆਏ, ਹੁਣ ਉਹ ਚੀਜ਼ ਹੈ ਹੀ ਨਹੀਂ, ਇੱਥੇ ਕਿੱਥੇ ਬੈਠੀ ਦੱਸੋ? ਇਹ ਵੀ ਹੋਟਲ ਦਾ ਇੱਕ ਹਿੱਸਾ, ਜਿਹੜਾ ਕਿ ਅੰਦਰ ਬੈਠ ਕੇ ਜੇ ਕਿਸੇ ਨੇ ਇੱਧਰ ਲੰਚ ਡਿਨਰ ਕਰਨਾ ਸੀ ਤਾਂ ਇੱਧਰ ਹੋਟਲ ਦੇ ਵਿੱਚ ਬਹਿ ਜਾਂਦੇ ਸੀ ਅਤੇ ਇੱਥੇ ਬਹਿ ਕੇ ਖਾਣਾ ਪੀਣਾ ਕਰ ਸਕਦੇ। ਇਹ ਵੀ ਬਿਲਡਿੰਗ, ਜਿਹੜੀ ਬਿਲਡਿੰਗ ਵੀ ਚਿੱਟਾ ਹਾਥੀ ਬਣਦੀ ਜਾ ਰਹੀ ਹੈ, ਕਿੰਨਾ ਕਿ ਇੱਥੇ ਰੌਣਕਾਂ ਲੱਗਦੀਆਂ ਸੀ। ਮੈਂ ਚਾਹ ਰਹਾ ਜੀ ਇੱਥੇ ਬੰਦੇ ਖੜੇ ਕਰਨੇ ਪੈਂਦੇ ਜੀ ਰੋਕਣ ਨੂੰ, ਪਬਲਿਕ ਰੋਕਣ ਨੂੰ, ਕੀ ਬਈ ਇੱਦਾਂ ਨਾ ਕੋਈ ਨੁਕਸਾਨ ਹੋ ਜਾਏ, ਇੰਨੀ ਭੀੜ ਹੋ ਜਾਂਦੀ ਸੀ ਅੰਦਰ, 5-10 ਤਾਂ ਟੇਬਲ ਹੈ ਉੱਥੇ ਤਾਂ ਪਬਲਿਕ ਆਉਂਦੀ ਸੀ ਬਹੁਤ, ਰੇਟ ਵੀ ਕੋਈ ਖਾਸ ਨਹੀਂ ਸੀ, ਆਮ ਹੀ ਸੀਗੇ ਜਿੰਨਾ ਤੋਂ ਆਮ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਜੀ, ਮੈਂ ਅਰਜਿੰਦਰ ਭੱਟ। ਪੰਜਾਬ ਭਰ ਦੀ ਜੇ ਗੱਲ ਕਰੀਏ ਹੋਟਲਾਂ ਦੀ, ਇੱਕ ਅਜਿਹਾ ਹੋਟਲ ਪੁਰਾਤੱਤਵ ਵਿਭਾਗ ਦੇ ਅੰਡਰ ਆਉਂਦਾ ਹੈ, ਪਾਣੀ ਦੇ ਵਿੱਚ ਤੈਰਦਾ ਹੋਇਆ ਹੋਟਲ, ਜੋ ਕਿ 5-4 ਹੋਟਲਾਂ ਨੂੰ ਫੇਲ ਕਰਦਾ ਸੀ ਕਿਸੇ ਸਮੇਂ, ਪਰ ਅੱਜ ਉਹ ਤਰਸਯੋਗ ਹਾਲਤ ਵਿੱਚ ਹੈ। ਤੁਸੀਂ ਦੇਖ ਸਕਦੇ ਹੋ ਕਿ ਫਲੋਟਿੰਗ ਰੈਸਟੋਰੈਂਟ ਜੋ ਕਿ ਦਿੱਲੀ ਮੁੱਖ ਮਾਰਗ ਦੇ ਉੱਤੇ ਭਾਖੜਾ ਨਹਿਰ ਨੂੰ ਗੁਜ਼ਰ ਰਹੀ ਹੈ ਉਹਦੇ ਵਿੱਚ ਸਥਿਤ ਆ, ਤੇ ਕਾਫੀ ਸਮੇਂ ਤੋਂ ਇਹ ਬੰਦ ਆ, ਜੋ ਇਹਦੇ ਇਸ ਹੋਟਲ ਦਾ ਜਿਹੜਾ ਕਿ ਨੀਂਹ ਪੱਥਰ 22 ਜੂਨ 1976 ਨੂੰ ਰੱਖਿਆ ਗਿਆ ਸੀ ਤੇ 22 ਜੂਨ ਮੁੜ ਆਉਣ ਵਾਲੀ ਹੈ, ਤੇ ਇਸ ਹੋਟਲ ਦੀ ਖਸਤਾ ਹਾਲਤ ਹੋ ਚੁੱਕੀ ਹੈ। ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ, ਬਲਾਕ ਪ੍ਰਧਾਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ
ਕੀ ਕਾਰਨ ਹੋਇਆ ਕਿ ਹੋਟਲ ਜਿਹੜਾ ਕਿ ਇਹ ਬੰਦ ਹੋ ਚੁੱਕਿਆ ਹੈ ਤੇ ਅੱਜ ਇਹ ਤਰਸਯੋਗ ਹਾਲਤ ਦੇ ਵਿੱਚ ਹੈ? ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਹੈ? ਪ੍ਰਧਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ। ਜਿਹੜਾ ਇਹ ਹੋਟਲ ਹੈ, ਪਾਣੀ ਵਿੱਚ ਤੈਰਦਾ ਹੋਟਲ, ਪੰਜਾਬ ਵਿੱਚ ਇਹ ਪਹਿਲਾ ਹੋਟਲ ਹੈ। ਦਿੱਲੀ ਲਾਹੌਰ ਵਾਲੀ ਬੱਸ ਵੀ ਇੱਥੇ ਰੁਕਦੀ ਸੀ। ਇਹ ਪੁਰਾਣੀ ਸਰਕਾਰ ਦੇ ਟਾਈਮ ਇਹ ਬੰਦ ਕਰ ਦਿੱਤਾ ਗਿਆ ਸੀ। ਇਹ ਸਾਰਾ ਅਸੀਂ ਆਪਣੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਜ ਜੀ ਦੇ ਧਿਆਨ ਵਿੱਚ ਲਿਆਂਦਾ ਹੋਇਆ ਸਾਰਾ ਮਸਲਾ। ਅਨਮੋਲ ਗਗਨ ਮਾਨ ਜੀ, ਟੂਰਿਜ਼ਮ ਮੰਤਰੀ, ਉਹਨਾਂ ਨਾਲ ਵੀ ਉਹਨਾਂ ਦੀ ਮੀਟਿੰਗ ਹੋ ਚੁੱਕੀ ਹੈ। ਜਲਦੀ ਹੀ ਇੱਥੇ ਦੁਬਾਰਾ ਫਿਰ ਰੌਣਕਾਂ ਲੱਗਣਗੀਆਂ, ਉਸੇ ਤਰ੍ਹਾਂ ਇਹਦੀ ਡਿਵੈਲਪਮੈਂਟ ਹੋਊਗੀ, ਵਧੀਆ ਬਣੂਗਾ, ਉਸੇ ਤਰ੍ਹਾਂ ਮੁਲਾਜ਼ਮ, ਉਸੇ ਤਰ੍ਹਾਂ ਦੁਬਾਰਾ ਫਿਰ ਇੱਥੇ ਰੌਣਕਾਂ ਲੱਗਣ ਜਾ ਰਹੀ ਹੈ ਜਲਦੀ। ਸੁਨੂੰ ਜੀ, ਗੱਲ ਕਰੀਏ ਕਿ ਜਿਵੇਂ ਕਿ ਹੁਣ ਇਹਦੇ ਜਿਹੜਾ ਕਿ ਸਟੈਂਡਰ ਲੱਗੇ ਹੋਏ ਨੇ ਉਹ ਵੀ ਮਾੜੀ ਹਾਲਤ ਦੇ ਵਿੱਚ ਨੇ, ਇਹਦੀ ਜਿਹੜੀ ਕਿ ਮਿਆਦ ਵੀ ਖਤਮ ਹੋ ਚੁੱਕੀ ਹੈ, ਜਿਵੇਂ ਕਿਵੇਂ ਦੇਖਦੇ? ਮੈਂ ਕਿਹਾ ਸਾਰਾ ਕੁਝ ਬਦਲਿਆ ਜਾਊਗਾ, ਬਹੁਤਾ ਟਾਈਮ ਨਹੀਂ ਹੈ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ, ਮਾਨ ਸਾਹਿਬ ਦੀ ਸਰਕਾਰ, ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਜਿਸ ਤਰ੍ਹਾਂ ਇਹ ਪਹਿਲਾਂ ਰੰਗਲਾ ਸੀ ਉਸ ਤਰ੍ਹਾਂ ਹੀ ਦੁਬਾਰਾ ਇਹਨੂੰ ਰੰਗਲਾ ਬਣਾਇਆ ਜਾਊਗਾ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਕਰਜ਼ਾ ਚੜਿਆ ਹੋਇਆ, ਦੂਜੇ ਪਾਸੇ ਜਿਹੜੀਆਂ ਜਿੱਥੋਂ ਸਰਕਾਰ ਨੂੰ ਇਨਕਮ ਜਾਂ ਫਾਇਦਾ ਹੁੰਦਾ ਉਹ ਚੀਜ਼ਾਂ ਬੰਦ ਹੋ ਗਈਆਂ। ਦੇਖੋ, ਇਹ ਪਹਿਲੀਆਂ ਹੀ ਸਰਕਾਰਾਂ ਸੀ ਜਿਹੜੀਆਂ ਕਰਦੀਆਂ ਸੀ ਖਜ਼ਾਨੇ ਖਾਲੀ ਹੈ, ਕੋਈ ਖਜ਼ਾਨਾ ਖਾਲੀ ਨਹੀਂ ਹੈਗਾ। ਤੁਹਾਨੂੰ ਇੱਕ ਗੱਲ ਮੈਂ ਕਹਿਤੀ ਵੀ ਜਲਦੀ ਇੱਥੇ ਤੁਹਾਨੂੰ ਦੁਬਾਰਾ ਰੌਣਕਾਂ ਲੱਗੀਆਂ ਦਿਖਣਗੀ। ਤੁਸੀਂ ਕਦੀ ਇੱਥੇ ਆਏ ਬੈਠੇ ਹੋ, ਕਿਵੇਂ ਦਾ? ਬਿਲਕੁਲ, ਅਸੀਂ ਵੀ ਆ ਕੇ ਰੋਟੀ ਖਾਧੀ, ਅਸੀਂ ਵੀ ਆਨੰਦ ਲਿਆ, ਅਸੀਂ ਵੀ ਆਉਂਦੇ ਹੁੰਦੇ ਸੀ ਇੱਥੇ, ਬਹੁਤ ਵਧੀਆ ਫੀਲਿੰਗ ਆਉਂਦੀ ਸੀ। ਉਸੇ ਦੁਬਾਰਾ ਉਸੇ ਤਰ੍ਹਾਂ ਫਿਰ ਫੀਲਿੰਗ ਲੈਣ ਆਇਆ ਕਰਾਂਗੇ ਅਸੀਂ। ਆਮ ਆਦਮੀ ਪਾਰਟੀ ਦੇ ਜੋ ਕਿ ਬਲਾਕ ਪ੍ਰਧਾਨ ਹੈ ਰਮੇਸ਼ ਕੁਮਾਰ ਸੋਨੂੰ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਹੈ ਤੇ ਮੀਟਿੰਗ ਵੀ ਹੋ ਚੁੱਕੀ ਹੈ ਤੇ ਜਲਦ ਇਸ ਨੂੰ ਸ਼ੁਰੂ ਕਰਵਾਇਆ ਜਾਵੇਗਾ, ਕੀ ਕਾਰਨ ਰਹੇ ਬੰਦ ਹੋਣ ਦੇ ਤੇ ਇੱਥੇ ਕੀ ਕੀ ਸਹੂਲਤਾਂ ਸੀ? ਹੋਰ ਵੀ ਗੱਲਬਾਤ ਕਰਦੇ ਹਾਂ, ਭਾਜਪਾ ਦੇ ਮੁੱਖ ਬੁਲਾਰੇ ਨੇ ਜੋ ਕੁਲਦੀਪ ਸਿੰਘ ਸਿੱਧੂਪੁਰ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਕਾਰਨ ਰਿਹਾ ਕਿ ਇਹ ਹੋਟਲ ਬੰਦ ਹੋ ਚੁੱਕਿਆ, ਕਿ ਸਰਕਾਰ ਦਾ ਜਿਹੜਾ ਇੰਨਾ ਪੈਸਾ ਜਿਹੜਾ ਕਿ ਇਹ ਖਰਾਬ ਹੋਇਆ, ਕਿਉਂਕਿ ਇੱਥੇ ਗੱਲ ਕਰੀਏ ਏਸੀ ਵੀ ਲੱਗੇ ਹੋਏ ਨੇ, ਜਨਰੇਟਰ ਵੀ ਪਿਆ ਤੇ ਹੋਰ ਜਿਹੜੀਆਂ ਕਿ ਹੋਟਲ ਦੇ ਵਿੱਚ ਚੀਜ਼ਾਂ ਹੁੰਦੀਆਂ ਉਹ ਪੂਰੀਆਂ ਪਈਆਂ ਨੇ, ਪਰ ਉਹ ਚਿੱਟਾ ਹਾਥੀ ਇਹ ਹੋਟਲ ਬੰਦਾ ਜਾ ਰਿਹਾ। ਗੱਲਬਾਤ ਕਰਦੇ ਹਾਂ ਕੁਲਦੀਪ ਸਿੰਘ ਸਿੱਧੂਪੁਰ। ਸਿੱਧੂਪੁਰ ਸਾਹਿਬ, ਜਿਹੜਾ ਹੋਟਲ ਇਹ ਬੰਦ ਹੋ ਚੁੱਕਿਆ, ਕਿਵੇਂ ਦੇਖਦੇ ਹੋ? ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਕਿੱਕਲੀ ਪਾਉਣ ਤੋਂ ਇਲਾਵਾ ਕੋਈ ਹੋਰ ਕੰਮ ਕਰਿਆ ਜਾਵੇ ਤਾਂ ਚੰਗੀ ਗੱਲ। ਪੰਜਾਬ ਤੁਹਾਨੂੰ ਦੇਖ ਰਿਹਾ ਯਾਰ, ਕਰਾਂਗੇ ਕਰਾਂਗੇ ਕਰਾਂਗੇ, ਕਦੋਂ ਕਰਾਂਗੇ? 2.5 ਸਾਲ ਦਾ ਸਮਾਂ ਤਾਂ ਲੰਘ ਗਿਆ, ਸਰਕਾਰ ਦਾ ਜੇ ਪੂਰਾ ਪਤਾ ਨਹੀਂ ਹੈ, ਕਿਉਂਕਿ ਸਰਕਾਰ ਡਾਵਾਡੋਲ ਹੈ ਨਾ। ਇਹ ਵੀ ਹੈ ਲੋਕਾਂ ਨੂੰ ਖਦਸਾ ਵੀ ਅੱਜ ਲੋਕਾਂ ਦੀ ਮੰਗ ਨੂੰ ਤਾਂ ਪੂਰਾ ਕਰ ਦੋ ਯਾਰ, ਲੋਕਾਂ ਨੇ ਸਾਨੂੰ ਚੁਣਿਆ, 92 ਸੀਟਾਂ ਦਿੱਤੀਆਂ ਨੇ, ਉਸ ਚੀਜ਼ ਨੂੰ ਕਰ ਦੋ ਯਾਰ। ਬੇਨਤੀ ਹੈ ਭਗਵੰਤ ਮਾਨ ਸਾਹਿਬ, ਆ ਚਿੱਟਾ ਹਾਥੀ ਬਣ ਕੇ ਖੜਾ, ਅੱਜ 2.5 ਸਾਲ ਦਾ ਸਮਾਂ ਹੋ ਚੱਲਿਆ ਥੋੜੀ ਸਰਕਾਰ ਨੂੰ, ਇਹ ਕਿਉਂ ਕਿਉਂ ਨਹੀਂ ਚੱਲ ਸਕਦਾ? ਕੀ ਗੱਲ, ਤੁਸੀਂ ਤਾਂ ਕਹਿੰਦੇ ਹੋ ਜੀ ਸਟੇਜਾਂ ਤੋਂ ਤੁਹਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ, ਜੇ ਪੈਸੇ ਦੀ ਕਮੀ ਨਹੀਂ ਆ ਬਾਈ ਜੀ ਫਿਰ ਚਲਾ ਦਿਓ, ਕਾਰਨ ਕੀ ਹੈ, ਰੋਕਿਆ ਕਿਉਂ ਆ, ਸਵਾਲ ਹੈ ਇਹ। ਸਿੱਧੂਪੁਰ ਸਾਹਿਬ, ਪਹਿਲਾਂ ਇਹ ਹੋਟਲ ਜਿਹੜਾ ਪੰਜਾਬ ਦੇ ਵਿੱਚ ਜੋ ਪਾਣੀ ਦੇ ਵਿੱਚ ਤੈਰਦਾ ਅਲੱਗ ਜੀ, ਜਿੱਥੋਂ ਦੂਰੋਂ ਦੂਰ ਸੈਲਾਨੀ ਦੇਖਦੇ ਆਉਂਦੇ ਸੀ, ਪਾਕਿਸਤਾਨ ਵਾਲੀ ਬੱਸ ਵੀ ਖੜਦੀ ਸੀ ਬਾਈ ਜੀ, ਸਰਹੰਦ ਦਾ ਨਾਮ ਲੋਕਾਂ ਨੂੰ ਟਿਪਸ ਤੇ ਯਾਦ ਹੋਊਗਾ ਸੀ ਪੂਰੇ ਵਰਲਡ ਦੇ ਵਿੱਚ, ਪਾਣੀ ਦੇ ਵਿੱਚ ਤੈਰਨ ਵਾਲਾ ਪਹਿਲਾ ਹੋਟਲ ਆ ਯਾਰ ਇੱਥੇ। ਮੈਨੂੰ ਲੱਗਦਾ ਕੋਈ ਵਿੱਚ ਕੋਈ ਦਾਲ ਦੇ ਵਿੱਚ ਘਾਲਾ ਮਾਲਾ ਹੈ ਵੀ ਸਰਹੰਦ ਦਾ ਨਾਮ ਨਾ ਰੋਸ਼ਨ ਹੋਵੇ। ਭਗਵੰਤ ਮਾਨ ਸਾਹਿਬ ਸ਼ਾਇਦ ਚਾਹੁੰਦੇ ਹੋਣੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਹੋਣੀ ਹੈ ਵੀ ਸਰਹੰਦ ਦਾ ਨਾਮ ਰੋਸ਼ਨ ਨਾ ਹੋਵੇ, ਤਾਂ ਹੀ ਇਸ ਚੀਜ਼ ਨੂੰ ਰੋਕਿਆ ਗਿਆ। ਸਾਰਾ ਕੁਝ ਨਿਕਲਦਾ, ਰਸਤਾ ਵੀ ਨਿਕਲਦਾ, ਬੰਦੇ ਰੁਕਦਾ ਤੁਹਾਡੇ ਸਾਹਮਣੇ, ਕਿੰਨੇ ਬੰਦੇ ਰੁਕ ਗਏ ਇੱਥੇ ਦੇਖਣ ਵਾਸਤੇ ਵੀਰ ਕਦੋਂ ਚੱਲੂ ਕਦੋਂ ਚੱਲੂ। 22 ਜੂਨ ਮੈਂ ਮੰਗ ਕਰਦਾ ਸਰਕਾਰ ਤੋਂ ਵੀ 22 ਜੂਨ ਦਾ ਸਮਾਂ ਆ ਰਿਹਾ, ਸਾਲਗਿਰਾ ਜਿਹੜੀ ਹੈ 1976 ਨੂੰ ਇਹਦਾ ਉਦਘਾਟਨ ਕੀਤਾ ਸੀ ਗਿਆਨੀ ਜੈਲ ਸਿੰਘ ਜੀ ਨੇ, ਮੁੱਖ ਮੰਤਰੀ ਪੰਜਾਬ ਸੀ ਜਦੋਂ, ਹੁਣ ਇਹ ਕਰ ਦੇਣ ਯਾਰ, ਅੱਜ ਐਲਾਨ ਕਰ ਦੇਣ, ਸਾਡੇ ਮਨ ਨੂੰ ਸੰਤੁਸ਼ਟੀ ਮਿਲ ਜੂਗੀ ਯਾਰ ਵੀ ਵਾਕਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਕੁਛ ਕਰਨ ਤਾਂ ਸੀ ਯਾਰ, ਕਿੰਨਾ ਕੁ ਪੈਸਾ ਲੱਗਣਾ ਤੁਹਾਨੂੰ ਲੱਗਦਾ ਵੀ ਇੰਨਾ, ਕੋਈ ਕਰੋੜਾਂ ਰੁਪਇਆ ਲੱਗ ਜੂਗਾ ਇੱਥੇ, ਸੈਂਟਰ ਤੋਂ ਵੀ ਕੋਈ ਮਦਦ ਮੰਗਣਗੇ ਤਾਂ ਸੈਂਟਰ ਗੌਰਮੈਂਟ
ਪੰਜਾਬ ਨਾਲ ਪਹਿਲਾਂ ਵੀ ਖੜੀ ਹੈ ਤਾਂ ਹਮੇਸ਼ਾ ਖੜਦੀ ਰਹੇਗੀ। ਬੜੀ ਤਕਨੀਕ ਨਾਲ ਜਿਹੜਾ ਇਹ ਹੋਟਲ ਬਣਾਇਆ ਗਿਆ ਸੀ, ਜਿਹੜੇ ਵੱਡੇ ਵੱਡੇ ਸਿਲੰਡਰ ਥੱਲੇ ਲਾਏ ਗਏ ਨੇ ਤੇ ਜਿਹੜੇ ਸਿਲੰਡਰ ਨੇ ਜਾਂ ਵਿੱਚ ਜਿਹੜੇ ਕਿ ਅੱਗ ਉਹ ਵੀ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਖਰਾਬੀ, ਮੈਂ ਕਹਿੰਦਾ ਖਰਾਬੀ ਹੋ ਗਈ ਬਾਈ ਜੀ, ਗਲਣ ਲੱਗ ਗਏ, ਲੱਕੜੀ ਗੜਨ ਲੱਗ ਗਈ, ਫੱਟੇ ਸਾਰੇ ਗਲ ਗਏ, ਸ਼ੀਸ਼ੇ ਟੁੱਟ ਗਏ। ਜਦੋਂ ਯਾਰ ਚੀਜ਼ ਦੀ ਕੇਅਰ ਨਹੀਂ ਹੋਣੀ, ਆਪਾਂ ਘਰ ਹੀ ਹੈ, ਘਰ ਦੀ ਕੇਅਰ ਨਹੀਂ ਕਰਾਂਗੇ ਤਾਂ ਚੱਲ ਜੂਗਾ? ਮੈਨੂੰ ਆਹ ਗੱਲ ਦੱਸੋ, ਇਹਨਾਂ ਕੋਲ ਜੇ ਸਾਰਾ ਕੁਛ ਹੈਗਾ ਆ, ਗਗਨ ਅਨਮੋਲਨ ਦੇ ਮੰਤਰੀ ਜਿਹੜੇ 5 ਮਿੰਟ 'ਚ ਸਾਰਾ ਕੰਮ ਕਰਦੇ, 5 ਮਿੰਟ 'ਚ ਸਭ ਕੁਛ ਦਿੰਦੇ, ਸਾਰਾ ਕੁਛ ਇੱਥੇ ਰੋਟੀ ਖਾ ਕੇ ਜਾਂਦੇ ਸੀਗੇ, ਨੌਕਰੀ ਮਿਲਦੀ ਸੀ ਗਰੀਬਾਂ ਨੂੰ, ਹੋਰ ਕਈ ਪਿੰਡ ਨੇ ਇੱਥੇ ਲਾਗਲੇ ਪਿੰਡਾਂ ਦੇ ਕਈ ਪਿੰਡਾਂ ਨੂੰ ਰੁਜ਼ਗਾਰ ਮਿਲਦਾ ਸੀ। ਮੈਂ ਆਪਣੀ ਅੱਖਾਂ ਨਾਲ ਦੇਖਿਆ 50 ਬੰਦੇ ਇੱਥੇ ਕੰਮ ਕਰਦੇ ਸੀ ਗਰੀਬ, ਉਹ ਕਿੱਥੇ ਜਾਣ? 20-20 ਸਾਲ ਦੇ ਇੱਥੇ ਵਿਚਾਰੇ ਨੌਕਰੀ ਕਰ ਰਹੇ ਨੇ, ਜਿਹੜੇ ਉਹਨਾਂ ਦੇ ਚੁੱਲ੍ਹੇ ਬੰਦ ਕਰਤੇ ਸਰਕਾਰ ਨੇ, ਰੁਜ਼ਗਾਰ ਦੇਣ ਦੀ ਗੱਲ ਕਰਦੇ ਨੇ। ਇੱਥੇ ਨਸ਼ਾ ਚੱਲ ਰਿਹਾ, ਨਸ਼ੇ ਦਾ ਅੱਡਾ ਹੀ ਬਣਨਾ, ਜਦੋਂ ਚੀਜ਼ ਦੀ ਕੋਈ ਕੇਅਰ ਨਾ ਹੋਵੇ ਤਾਂ ਨਸ਼ੇ ਦਾ ਅੱਡਾ ਬਣੂਗਾ ਬਾਈ ਜੀ। ਅਸੀਂ ਚਾਹੁੰਦੇ ਹਾਂ ਸਰਹੰਦ ਦੇ ਵਾਸੀ ਹੋਣ ਦੇ ਨਾਤੇ, ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਹੋਣ ਦੇ ਨਾਤੇ, ਅਸੀਂ ਇਸ ਤਰ੍ਹਾਂ ਦੀ ਮੰਗ ਨੂੰ, ਜਿਹੜੀ ਕਿ ਵਿਰਾਸਤ ਹੈ ਸਾਡੀ, ਵਿਰਾਸਤ ਹੈ ਇਹ ਸਰਹੰਦ ਦੀ, ਜਿਹੜੀ ਕਿ ਪੂਰੇ ਪੰਜਾਬ 'ਚ ਤੁਹਾਨੂੰ ਕਿਤੇ ਲੱਭਣੀ ਨਹੀਂ, ਅਸੀਂ ਮੰਗ ਕਰ ਰਹੇ ਚਲਾਓ ਯਾਰ ਇਹਨੂੰ, ਕਿਉਂ ਨਹੀਂ ਚਲਾ ਰਹੇ? ਇਹ ਸਰਕਾਰ ਤੇ ਸਵਾਲੇ ਨਿਸ਼ਾਨ। ਤੁਸੀਂ ਵੀ ਇੱਥੇ ਜਦੋਂ ਰੌਣਕਾਂ ਲੱਗਦੀ ਤੁਸੀਂ ਵੀ ਲੁਫਤੂ ਲਿਆਉਣਾ ਇੱਥੇ? ਬਿਲਕੁਲ ਲੁਫਤੂ, ਬਿਲਕੁਲ ਪਰਿਵਾਰ ਦੇ ਨਾਲ ਖਾਣਾ ਖਾਧਾ ਬਾਈ ਜੀ, ਇੱਥੇ ਚਾਹ ਦੀ ਚੁਸਕੀ ਲਈ ਹੈ, ਪਰਿਵਾਰ ਨਾਲ ਖਾਣਾ ਖਾਧਾ, ਯਾਰਾਂ ਦੋਸਤਾਂ ਨਾਲ ਆਏ, ਹੁਣ ਉਹ ਚੀਜ਼ ਹੈ ਹੀ ਨਹੀਂ ਇੱਥੇ, ਕਿੱਥੇ ਬੈਠੀ ਹੈ ਦੱਸੋ? ਪਾਣੀ ਦੇ ਵਿੱਚ ਚੱਲਦਾ ਪਹਿਲਾ ਹੋਟਲ ਹੈ ਯਾਰ, ਇੱਕ ਅਲੱਗ ਨਜ਼ਾਰਾ ਸੀ, ਅਲੱਗ ਫੀਲਿੰਗ ਸੀ, ਠੀਕ ਹੈ ਜੀ? ਝੂਪਦਾ ਵੀ ਜਦੋਂ ਪੈਂਦੇ ਵਿੱਚ ਪੂਰਾ ਝੂਪ ਹੈ, ਫੀਲਿੰਗ ਆਉਂਦੀ ਸੀ ਅਲੱਗ ਤਰ੍ਹਾਂ ਦੀ। ਔਰ ਬੇਨਤੀ ਇਹ ਹੈ ਇੱਥੋਂ ਲਾਹੌਰ ਤੋਂ ਵੀ ਸੈਲਾਨੀ ਜਿਹੜੇ ਸੀਗੇ ਰੁਕ ਕੇ ਜਾਂਦੇ ਸੀਗੇ, ਪਰਿਵਾਰ ਦੇ ਨਾਲ ਆਪਣੇ ਇੱਥੇ ਨਾਸ਼ਤਾ ਕਰਦੇ ਸੀ, ਬ੍ਰੇਕ ਆਪਣਾ ਡਿਨਰ ਕਰਦੇ ਸੀਗੇ, ਚਾਹ ਦੀ ਚੁਸਕੀ ਲੈਂਦੇ, ਸਾਰਾ ਇਹਨਾਂ ਦਾ ਮਨੋਰੰਜਨ ਦਾ ਸਾਧਨ ਸੀਗਾ ਯਾਰ। ਇਹ ਸਾਡੇ ਤੋਂ ਗਵਾਤਾ ਇਹਨਾਂ ਨੇ, ਇਹਦੀ ਜ਼ਿੰਮੇਵਾਰ ਮੈਂ ਤਾਂ ਸਿੱਧੇ ਤੌਰ ਤੇ ਭਗਵੰਤ ਮਾਨ ਸਰਕਾਰ। ਜੇਕਰ ਗੱਲ ਕਰੀਏ ਤੇ ਪੈਸੇ ਦੀ ਗੱਲ ਕਰੀਏ, ਜਿਹੜਾ ਰੈਵਨਿਊ ਕਿਹਨੂੰ ਜਾਂਦਾ ਸਾਰਾ? ਸਾਰਾ ਪੰਜਾਬ ਸਰਕਾਰ ਨੂੰ ਜਾਂਦਾ ਸੀ ਬਾਈ ਜੀ। ਤੁਸੀਂ ਕਰਜ਼ਾ ਚੱਕ ਰਹੇ ਦਿਨ ਪਰ ਦਿਨ, ਕਰਜ਼ਾ ਚੱਕ ਰਹੇ ਪੰਜਾਬ ਵਾਸਤੇ, ਤਨਖਾਹ ਦੇਣ ਵਾਸਤੇ, ਪੈਸਾ ਤੁਹਾਡੇ ਕੋਲ ਆ ਰਿਹਾ ਤਾਂ ਉਹ ਤਾਂ ਲੈ ਲਓ, ਉਹ ਤਾਂ ਲਓ, ਜਿਹੜਾ ਤੂੰ 50-70-80 ਰੁਪਏ ਕੱਟਾ ਹੁੰਦਾ ਦਿਹਾੜੀ ਦਾ, ਉਹ ਤਾਂ ਲੈ ਲਓ ਯਾਰ। ਕਮਾਲ ਦੀ ਗੱਲ ਹੈ, ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਕਿ ਸਾਡੀ ਵਿਰਾਸਤ ਨੂੰ ਕਿਉਂ ਖੋਣਾ ਚਾਹੁੰਦੇ ਨੇ। ਜੇ ਸਾਡੀ ਵਿਰਾਸਤ ਨੂੰ ਖੋਣਗੇ, ਅਸੀਂ ਡਟ ਕੇ ਵਿਰੋਧ ਕਰਾਂਗੇ ਇਹਨਾਂ ਦਾ, ਭਾਰਤੀ ਜਨਤਾ ਪਾਰਟੀ। ਅਸੀਂ ਨਹੀਂ ਖੋਣ ਦਿੰਦੇ, ਅਸੀਂ ਸਾਡੇ 'ਚ ਦਮ ਹੋਇਆ ਭਾਰਤੀ ਜਨਤਾ ਪਾਰਟੀ 'ਚ ਨੂੰ ਚਲਵਾਵਾਂਗੇ, ਸਰਕਾਰ ਦੇ ਧੌਣ 'ਤੇ ਗੋਡਾ ਰੱਖ ਕੇ ਚਲਾਵਾਂਗੇ। ਇਹ ਸਨ ਕੁਲਦੀਪ ਸਿੰਘ ਸਿੱਧੂਪੁਰ, ਜੋ ਭਾਜਪਾ ਦੇ ਮੁੱਖ ਬੁਲਾਰੇ ਸਨ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਇਹ ਹੋਟਲ ਤੁਸੀਂ ਦੇਖ ਸਕਦੇ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਵੇ, ਕਿ ਜਿਹੜਾ ਕਿ ਇਹ ਫਲੋਟਿੰਗ ਰੈਸਟੋਰੈਂਟ ਸੀ, ਕਿਸੇ ਸਮੇਂ ਇੱਥੇ ਰੌਣਕਾਂ ਲੱਗਦੀਆਂ ਸੀ ਤੇ ਦੂਰੋਂ ਦੂਰੋਂ ਸੈਲਾਨੀ ਇਸ ਹੋਟਲ ਨੂੰ ਦੇਖਣ ਆਉਂਦੇ ਸੀ, ਕਿਉਂਕਿ ਪੰਜਾਬ ਦਾ ਪਹਿਲਾ ਇਹ ਹੋਟਲ ਪਾਣੀ ਦੇ ਵਿੱਚ ਤੈਰਦਾ ਹੋਇਆ ਹੋਟਲ, ਜਿਹੜਾ ਕਿ ਪੰਜਾਬ ਦਾ ਪਹਿਲਾ ਹੋਟਲ ਆ, ਜੋ ਕਈ ਵੱਡੇ ਵੱਡੇ ਹੋਟਲਾਂ ਨੂੰ ਫੇਲ ਕਰਦਾ ਸੀ, ਅੱਜ ਇਹ ਖੁਦ ਤਰਸਯੋਗ ਹਾਲਤ ਵਿੱਚ ਬਣਿਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਬੋਰਡ ਆ ਉਹ ਵੀ ਗਲ ਚੁੱਕਿਆ, ਤੇ ਜਿਹੜੇ ਪੌਦੇ ਵੀ ਲੱਗੇ ਸੀ ਉਹਨਾਂ ਦੀ ਕੋਈ ਵੀ ਸਾਂਭ ਸੰਭਾਲ ਨਹੀਂ ਹੋ ਰਿਹਾ। ਔਰ ਦੂਜੇ ਪਾਸੇ ਸਿੱਧੂਪੁਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਨਾਲ ਦੇ ਪਿੰਡਾਂ ਦੇ ਮੁਲਾਜ਼ਮ ਸਨ ਉਹਨਾਂ ਨੂੰ ਵੀ ਇਸ ਹੋਟਲ ਦਾ ਕਾਫੀ ਲਾਭ ਹੁੰਦਾ ਸੀ, ਜਿਹੜੇ ਕਿ ਇੱਥੇ ਆਪਣਾ ਰੁਜ਼ਗਾਰ ਚਲਾਉਂਦੇ ਸੀ ਤੇ ਨਾਲ ਉਹਨਾਂ ਨੂੰ ਨੌਕਰੀ ਮਿਲਦੀ ਸੀ। ਮੈਂ ਦੂਜੇ ਪਾਸੇ ਵੀ ਕਹਾਂਗਾ ਜਿਹੜਾ ਕਿ ਦੂਜੇ ਪਾਸੇ ਬਿਲਡਿੰਗ ਸੀ ਇਹ ਵੀ ਹੋਟਲ ਦਾ ਇੱਕ ਹਿੱਸਾ, ਜਿਹੜਾ ਕਿ ਅੰਦਰ ਬੈਠ ਕੇ ਜੇ ਕਿਸੇ ਨੇ ਇੱਧਰ ਲੰਚ ਡਿਨਰ ਕਰਨਾ ਸੀ ਤਾਂ ਇੱਧਰ ਹੋਟਲ ਦੇ ਵਿੱਚ ਬਹਿ ਜਾਂਦੇ ਸੀ ਤੇ ਇੱਥੇ ਬਹਿ ਕੇ ਖਾਣਾ ਪੀਣਾ ਕਰ ਸਕਦੇ। ਇਹ ਵੀ ਬਿਲਡਿੰਗ, ਜਿਹੜੀ ਬਿਲਡਿੰਗ ਵੀ ਚਿੱਟਾ ਹਾਥੀ ਬਣਦੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲਡਿੰਗ ਦੇ ਵਿੱਚ 50 ਤੋਂ ਵੱਧ ਕਰੀਬ ਸਿੱਧੂਪੁਰ, ਕੁਲਦੀਪ ਸਿੰਘ ਸਿੱਧੂਪੁਰ ਤੇ ਉਹਨਾਂ ਦੱਸਿਆ ਕਿ ਮੁਲਾਜ਼ਮ ਕੰਮ ਕਰਦੇ ਸਨ, ਜਿਹੜੀ ਕਿ ਇਹ ਵੀ ਖਸਤਾ ਹਾਲਤ ਵਿੱਚ ਹੁੰਦੀ ਜਾ ਰਹੀ ਹੈ, ਜੋ ਕਿ ਉਹ ਸਾਂਭਣ ਦੀ ਲੋੜ ਹੈ। ਇਹੋ ਜਿਹੀਆਂ ਇਮਾਰਤਾਂ ਜੇ ਨਾ ਸਾਂਭੀਆਂ ਗਈਆਂ ਤਾਂ ਉਹ ਕਿਸੇ ਦਾ ਕਿਤੇ ਨਾ ਕਿਤੇ ਇਹ ਚਿੱਟਾ ਹਾਥੀ ਬਣ ਜਾਣਗੀਆਂ, ਜਿਸ ਨਾਲ ਜਿੱਥੇ ਕਿ ਸਰਕਾਰ ਦਾ ਪੈਸਾ ਵੀ ਖਰਾਬ ਹੋ ਰਿਹਾ, ਦੂਜੇ ਪਾਸੇ ਜੇਕਰ ਇਹ ਇਸ ਨੂੰ ਸਰਕਾਰ ਮੁੜ ਚਾਲੂ ਕਰਦੀ ਹੈ ਤਾਂ ਇਹ ਸਰਕਾਰ ਨੂੰ ਇਸਦਾ ਰੈਵਨਿਊ ਇਕੱਤਰ ਹੋਵੇਗਾ ਤੇ ਸਰਕਾਰ ਨੂੰ ਕਾਫੀ ਲਾਭ ਵੀ ਮਿਲੇਗਾ। ਇਲਾਕੇ ਦੇ ਵਾਸੀਆਂ ਦੀ ਮੰਗ ਆ, ਕਿਉਂਕਿ ਦਿੱਲੀ ਲਾਹੌਰ ਨੂੰ
ਜਾਣ ਵਾਲੀ ਜਿਹੜੀ ਪਾਕਿਸਤਾਨ ਬੱਸ ਲੰਘਦੀ ਸੀ ਉਹ ਵੀ ਇੱਥੇ ਸੈਲਾਨੀ ਰੁਕਦੇ ਸਨ ਤੇ ਚਾਹ ਦੀ ਚੁਸਕੀ ਜਾਂ ਖਾਣੇ ਦਾ ਆਨੰਦ ਮਾਣਦੇ ਸਨ। ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਰੋਸ ਆ, ਕਿਉਂਕਿ ਇਸ ਹੋਟਲ ਨੂੰ ਬਹੁਤ ਸੈਲਾਨੀ ਦੇਖਣ ਆਉਂਦੇ ਸੀ ਤੇ ਇਲਾਕੇ ਦੇ ਸਰਹੰਦ ਫਤਿਹਗੜ੍ਹ ਸਾਹਿਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੋ ਰਿਹਾ ਸੀ। ਉੱਥੇ ਅਸੀਂ ਜੋ ਸੁਰਿੰਦਰ ਕੁਮਾਰ ਨੇ ਇੱਥੋਂ ਕੁੱਕ ਹੁੰਦੇ ਸਨ, ਅੱਜ ਉਹ ਰਿਟਾਇਰ ਹੋ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੀਆਂ ਰੌਣਕਾਂ ਲੱਗਦੀਆਂ ਸੀ, ਕਿਉਂਕਿ ਉਹਨਾਂ ਨੇ ਸਾਰਾ ਦੇਖਿਆ ਕਿ ਕਿੰਨੀ ਕੁ ਇੱਥੇ ਰੌਣਕਾਂ ਲੱਗਦੀਆਂ ਸੀ, ਕਦੋਂ ਇਹ ਡੁੱਬਿਆ ਹੋਟਲ ਤੇ ਕਦੋਂ ਇਹਦੀ ਚੜ੍ਹਾਈ ਹੁੰਦੀ ਸੀ, ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ। ਸੁਰਿੰਦਰ ਜੀ ਇੱਥੇ ਕੁੱਕ ਮੰਨੇ ਸੀ? ਹਾਂਜੀ, ਮੈਂ ਇੱਥੇ ਕੰਟੀਨਿਊ 5-6 ਸਾਲ ਰਿਹਾ, ਬਾਕੀ ਮੈਂ ਪਠਾਨਕੋਟ ਜਿੱਦਾਂ ਹੁਸ਼ਿਆਰਪੁਰ ਇੱਥੋਂ ਰਿਟਾਇਰ, ਫਿਰ 2000 ਜਦ ਉਹ ਕਰੋਨਾ ਹੋਇਆ ਉਹਦੇ ਬਾਅਦ ਬਿਲਕੁਲ ਹੀ ਬੰਦ ਕਰਤਾ ਸੀ ਸਰਕਾਰ। ਅੱਛਾ, ਕਰੋਨਾ ਕਾਲ ਦੇ ਵਿੱਚ ਇਹਨੂੰ ਬੰਦ ਕੀਤਾ? ਹਾਂ, ਇਹਨੂੰ ਬਿਲਕੁਲ ਬੰਦ ਕਰਤਾ ਉਹਦੇ ਇਲਾਕੇ ਚ। ਤੇ ਕਿੰਨਾ ਕਿ ਇੱਥੇ ਰੌਣਕਾਂ ਲੱਗਦੀਆਂ ਸੀ ਦੀਦੀ? ਮੈਂ ਕਹਿ ਰਹਾ ਹਾਂ ਜੀ, ਇੱਥੇ ਬੰਦੇ ਖੜੇ ਕਰਨੇ ਪੈਂਦੇ ਸੀ ਰੋਕਣ ਨੂੰ, ਪਬਲਿਕ ਰੋਕਣ ਨੂੰ, ਕਿ ਬਈ ਇਦਾਂ ਨਾ ਕੋਈ ਨੁਕਸਾਨ ਹੋ ਜਾਏ ਕਿਸੇ। ਇੰਨੀ ਭੀੜ ਹੋ ਜਾਂਦੀ ਸੀ ਨਾ ਅੰਦਰ, 5-10 ਤੇ ਟੇਬਲ ਆਏ ਉੱਥੇ, ਤਾਂ ਪਬਲਿਕ ਆਉਂਦੀ ਸੀ ਬਹੁਤ, ਰੇਟ ਵੀ ਕੋਈ ਖਾਸ ਨਹੀਂ ਸੀ, ਆਮ ਹੀ ਸੀਗੇ ਜਿੱਦਾਂ ਆਮ ਰੈਸਟੋਰੈਂਟਾਂ ਦੇ। ਤੁਸੀਂ ਕੀ ਪਕਾਉਂਦੇ ਸੀ ਇੱਥੇ? ਮੈਂ ਸਾਰਾ ਚਿਕਨ, ਮਟਨ, ਵੈਜੀਟੇਬਲ ਸਾਰੀ ਚੀਜ਼। ਹਾਂਜੀ, ਕਾਰਨ ਕੀ ਬੰਦ ਹੋਣ ਦਾ? ਮੈਂ ਤਾਂ ਕਾਰਨ ਇਹੀ ਦੱਸੂਗਾ, ਜਿਹੜੇ ਲੋਕਲ ਬੈਠੇ ਸੀ ਬੰਦੇ ਉਹ ਹੈਡ ਆਫਿਸ ਸੀ, ਉਹਨਾਂ ਕੀ ਵਜ੍ਹਾ ਸੀ ਹੋਇਆ, ਕਿਉਂਕਿ ਉਹ ਨੀ ਚਾਹੁੰਦੇ ਸੀ ਫੀਲਡ ਜਾਣਾ, ਠੇਕੇਦਾਰੀ ਸਿਸਟਮ ਚ ਚਲੇ ਗਿਆ, ਠੇਕੇਦਾਰ ਨੇ ਪਹਿਲੇ ਆਪਣਾ ਵੀ ਦੇਖਣਾ, ਉਹਨੇ ਉਸ ਹਿਸਾਬ ਨਾਲ ਬੰਦੇ ਰੱਖੇ ਹੋਏ ਸੀ, ਮਤਲਬ 10-12-15। ਜੇ ਚਾਲੂ ਹੁੰਦਾ ਸਰਕਾਰ ਨੂੰ ਲਾਭ ਹੁੰਦਾ? ਹਾਂ, ਪੂਰਾ ਹੀ ਫਾਇਦਾ ਸੀ, ਹੈ ਖਾਲੀ ਚੀਜ਼ ਲਿਆਣੀ, ਉਹੀ ਜੋ ਕਸਟਮਰ ਆਪ ਆਏ ਉਨੀ ਕੇ ਪੈਸੋ ਸੇ ਸਮਾਨ ਲਿਆਣਾ, ਉਸੇ ਤੇ ਵਿਕਰੀ ਹੋ ਜਾਣੀ, ਦੁਗਣੀ ਚੌਗਣੀ ਤੋਂ ਹੁੰਦੀ ਸੀ। ਪਾਕਿਸਤਾਨ ਵਾਲੀ ਬੱਸ ਵੀ ਰੁਕਦੀ ਸੀ? ਹਾਂ, ਪਾਕਿਸਤਾਨ ਦੀ ਬੱਸ ਵੀ ਰੁਕਦੀ ਸੀ, ਉਹ ਤਾਂ ਉਹ ਵੀ ਕਰੋਨਾ ਕਾਲ ਚ ਬੰਦ ਹੋਈ। ਹਾਂਜੀ, ਕੀ ਮੰਗ ਕੀ ਕਰਦੇ ਤੁਸੀਂ, ਕਹਿੰਦੇ ਚੱਲਣਾ ਚਾਹੀਦਾ? ਅਸੀਂ ਤਾਂ ਇਹੀ ਕਹਿ ਰਹੇ ਕਿ ਚੱਲਣਾ ਚਾਹੀਦਾ, ਜਿਹੜੇ ਬੰਦੇ ਕੰਮ ਕਰਦੇ ਹੈ ਉਹਨਾਂ ਨੂੰ ਤੁਸੀਂ ਰੁਜ਼ਗਾਰ ਦੀ ਉਹ ਮਿਲੇ। ਹਾਂਜੀ, ਅਸੀਂ ਇਹ ਕਹਿ ਰਹੇ। ਜੋ ਸੁਰਿੰਦਰ ਕੁਮਾਰ ਨੇ ਕੁੱਕ ਨੇ, ਇਹਨਾਂ ਨੇ ਕਿਹਾ ਕਿ ਇਹ ਹੋਟਲ ਚੱਲਣਾ ਚਾਹੀਦਾ, ਕਿਉਂਕਿ ਜਿਹੜੇ ਹੋਟਲ ਦੇ ਮੁਲਾਜ਼ਮ ਨੇ ਕੁਝ ਇੱਥੇ ਚੌਂਕੀਦਾਰ ਵੀ ਰੱਖੇ ਹੋਏ ਨੇ, ਪਰ ਹੋਰ ਜਿਹੜਾ ਰੁਜ਼ਗਾਰ ਵੀ ਲੋਕਾਂ ਨੂੰ ਮਿਲੂਗਾ ਜੇ ਇਹ ਹੋਟਲ ਚੱਲਦਾ।